ਇਸ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਅੱਜ ਨਾ ਸਿੱਧੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਕਰਨੀ ਆ, ਗੱਲ ਥੱਲਿਓਂ ਨਹੀਂ ਸ਼ੁਰੂ ਕਰਨੀ। ਮੇਰਾ ਜੀ ਕਰਦਾ, ਮੈਂ ਨਾ ਪੁਰਾਣੇ ਦੌਰ ਨੂੰ ਜਦੋਂ ਵੇਖਦਾ ਤੇ ਤੁਹਾਡੇ ਵਰਗੇ ਜਿਹੜੇ ਸਿਆਣੇ ਜਰਨਲਿਸਟ ਸੀ, ਉਹਨਾਂ ਨਾਲ ਕਦੇ ਬਹਿਣ ਦਾ ਮੌਕਾ ਮਿਲਣਾ ਸਿਆਸੀ ਗਤੀਵਿਧੀਆਂ ਦੇ ਵਿੱਚ, ਭਾਵੇਂ ਗਲੀ ਮਹੱਲੇ ਦਾ ਲੀਡਰ ਹੋਣਾ ਤੇ ਭਾਵੇਂ ਕੋਈ ਵਜ਼ੀਰ ਹੋਣਾ, ਤੇ ਪੱਤਰਕਾਰ ਨੇ ਹਮੇਸ਼ਾ ਕਹਿਣਾ ਜੀ ਕੋਈ ਐਕਸ਼ਨ ਦਿਖਾਓ, ਫੋਟੋ ਖਿਚਾਉਣ ਲੱਗਿਆ ਤੇ ਹੱਥ ਇੰਜ ਹੋ ਜਾਣਾ ਤੇ ਬੁੱਲਾਂ ਤੇ ਮੁਸ਼ਕੜੀਏ ਹੱਸਣੀ ਆ ਜਾਣੀ। ਤੁਸੀਂ ਜਾਣਦੇ ਹੀ ਹੋ ਸਾਰੇ ਉਹ ਕਵਾਇਤ ਜਿਹੜੀ ਸੀ। ਤੇ ਕੱਲ ਕੱਲ ਮੁੱਖ ਮੰਤਰੀ ਸਾਹਿਬ ਨੇ ਵੀ ਆਪਣੇ ਚੌਪਰ ਦੇ ਵਿੱਚੋਂ, ਹੈਲੀਕਾਪਟਰ ਦੇ ਵਿੱਚੋਂ, ਉਡਣ ਖਟੋਲੇ ਚੋਂ ਏਦਾਂ ਹੀ ਫੋਟੋ ਖਿਚਾਈ ਆ ਘੱਗਰ ਨੂੰ ਵੇਂਦਿਆਂ। ਤੇ ਦੇਖੋ ਮੁੱਖ ਮੰਤਰੀ ਸਾਹਿਬ ਦੇ ਮਾਲਕ ਨੇ, ਸਾਨੂੰ ਕੀ ਆਕਾ ਅਸੀਂ ਗੱਲਾਂ ਇਹੋ ਜਿਹੀਆਂ ਕਰੀਏ, ਪਰ ਇੱਕ ਗਲੀ ਮਹੱਲੇ ਦੇ ਲੀਡਰ ਤੇ ਮੁੱਖ ਮੰਤਰੀ ਚ ਫਰਕ ਤੇ ਹੋਣਾ ਚਾਹੀਦਾ। ਫੋਟੋ ਹੀ ਆਉਣੀ ਆ ਨਾ, ਹੋਣਾ ਤੇ ਕੱਖ ਨੀ ਗਰਾਊਂਡ ਤੇ, ਤੇ ਜੇ ਫੋਟੋ ਹੀ ਲਵਾਉਣੀ ਆ ਤੇ ਘੱਟੋ ਘੱਟ ਸਾਡੇ ਮੁੱਖ ਮੰਤਰੀ ਸਾਹਿਬ ਥੋੜੇ ਜਿਹੇ ਵੱਖਰੇ ਜਿਹੇ ਨਜ਼ਰ ਤੇ ਆਉਣ ਨਾ। ਇਹ ਫੋਟੋਆਂ ਦੀ ਕਵਾਇਤ ਤੇ ਅੱਗੇ ਗੱਲ ਕਰਾਂਗੇ ਕਿ ਸਿਆਸਤਦਾਨ ਮਹਿਜ ਚਿਹਰਿਆਂ ਨਾਲ ਅੱਗੇ ਤੁਰਦੇ ਨਜ਼ਰ ਆਉਂਦੇ ਆ। ਦੂਜੇ ਬੰਨੇ ਨਵਜੋਤ ਸਿੰਘ ਸਿੱਧੂ ਵੀ ਬਦਲੇ ਬਦਲੇ ਜੇ ਆ ਰਹੇ ਆ ਸਿਆਸਤ ਦੇ ਵਿੱਚ। ਸਿੱਧੂ ਦਾ ਇਹ ਚਿਹਰਾ, ਜਿਹੜੇ ਬਰਗਾੜੀ ਬਹਿਬਲ ਕਲਾਂ ਦੇ ਮਾਮਲੇ ਸੀਗੇ, ਕੋਟਕਪੂਰਾ ਗੋਲੀਕਾਂਡ, ਉਹ ਜਿਹੜੇ ਪਰਿਵਾਰ ਸੀ ਪੀੜਤ ਜਿਨ੍ਹਾਂ ਦੇ ਜੀ ਚਲੇ ਗਏ, ਉਹ ਕਹਿੰਦੇ ਸਿੱਧੂ ਸਾਹਿਬ ਟਵੀਟ ਬਹੁਤ ਕਰ ਲਏ ਤੇ ਤੁਸੀਂ ਪ੍ਰਧਾਨਗੀ ਵੀ ਬੇਅਦਬੀ ਮਾਮਲਿਆਂ ਤੋਂ ਲੈ ਲਈ ਤੇ ਹੁਣ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਸੀ ਵੀ ਤੁਸੀਂ ਕੁਝ ਬੋਲੋਗੇ। ਇਹ ਚੁੱਪ ਚੰਗੀ ਨਹੀਂ ਲੱਗਦੀ, ਇਹ ਤਿੱਖਾ ਵਾਰ ਆ। ਦੂਜੇ ਬੰਨੇ ਅਕਾਲੀਆਂ ਦਾ ਇੱਕ ਵਫਦ ਹਰਸਿਮਰਤ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਦਾ। ਇਹ ਲੋਕ ਕਹਿੰਦੇ ਦੋਹਰੇ ਮਾਪਦੰਡ ਵੀ ਹੁੰਦੇ ਨੇ ਕਿ ਜਦੋਂ ਆਰਡੀਨੈਂਸ ਆਏ ਸੀਗੇ ਬਿੱਲ ਬਣਨ ਤੋਂ ਪਹਿਲਾਂ, ਜੇ ਕਦੇ ਉਦੋਂ ਰਾਸ਼ਟਰਪਤੀ ਨੂੰ ਮਿਲਣ ਚਲੇ ਜਾਂਦੇ ਕਿ ਸਾਡੀ ਨੀਂਹ ਤੇ ਬੱਟੀ ਦੀ, ਸਾਡੇ ਕਿਸਾਨਾਂ ਨੇ ਸਾਨੂੰ ਤੁਰਨ ਨਹੀਂ ਦੇਣਾ, ਗੱਲਾਂ ਹੋਰ ਹੋਣੀਆਂ ਸੀ। ਤੇ ਓਲੰਪਿਕ ਦੇ ਵਿੱਚ ਕਮਲ ਦਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਇੱਕ ਮੌਸਮ ਖੁਸ਼ਗਵਾਰ ਹੋਇਆ, ਔਰ ਖਾਸ ਤੌਰ ਤੇ ਲੰਬੀ ਹਲਕਾ ਪੰਜਾਬ ਦੀ ਸਿਆਸਤ ਤੇ ਛਾਇਆ ਰਿਹਾ ਸਦਾ। ਬਾਦਲ ਸਾਹਿਬ ਵੀ ਸਰਗਰਮ ਨਜ਼ਰ ਆਏ, ਵੱਡੇ ਬਾਦਲ ਸਾਹਿਬ ਜਿਹੜੇ ਅੱਜ ਕੱਲ ਕਦੇ ਕਦੇ ਫੋਟੋ ਚ ਨਜ਼ਰ ਆਉਂਦੇ, ਤੇ ਸੁਖਬੀਰ ਜੀ ਵੀ ਗੱਲ ਕਰਦੇ ਨਜ਼ਰ ਆਏ। ਖੈਰ ਸਾਰਾ ਪੰਜਾਬ ਗੱਲ ਕਰ ਰਿਹਾ ਤੇ ਮਨਪ੍ਰੀਤ ਜੀ ਆਪਾਂ ਵੀ ਗੱਲਾਂ ਕਰ ਲੈਂਦੇ। ਆਪਾਂ ਮੁੜਦੇ ਹਾਂ ਉੱਥੋਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ, ਤੁਹਾਡੇ ਕੋਲ ਵੀ ਕੋਈ ਕਿੱਸੇ ਕਹਾਣੀਆਂ ਹੋਣੇ ਨੇ ਫੋਟੋਗ੍ਰਾਫੀ ਦੇ, ਜਿਹੜੇ ਪੱਤਰਕਾਰ ਤੇ ਸਿਆਸਤਦਾਨ ਇਹਨਾਂ ਦਾ ਰਿਸ਼ਤਾ ਬੜਾ ਨਾਜੁਕ ਤੇ ਮਹੀਨ ਜਿਹਾ ਹੁੰਦਾ, ਕਦੇ ਤਿੜਕਦਾ, ਕਦੇ ਕਦੇ ਸ਼ਾਬਾਸ਼, ਕਦੇ ਥੈਂਕ ਯੂ, ਕਦੇ ਗਿਲਾ, ਤੇ ਇਹ ਫੋਟੋ ਵਾਲਾ ਜਿਹੜਾ ਸਿਲਸਿਲਾ, ਫੋਟੋ ਖਿਚਾਉਣੀਆਂ ਸਿਖਾਤੀਆਂ ਤੁਸੀਂ ਸਿਆਸਤਦਾਨਾਂ ਨੂੰ? ਰੰਧਾਵਾ ਜੀ, ਬਹੁਤ ਇਸ ਤਰ੍ਹਾਂ ਦੇ ਕਿੱਸੇ ਨੇ, ਕਿੱਸੇ ਕਹਾਣੀਆਂ ਨੇ ਜਦੋਂ ਅਸੀਂ ਕਵਰੇਜ ਤੇ ਜਾਂਦੇ ਸੀ। ਹੁਣ ਵੀਡੀਓ, ਜਿਵੇਂ ਟੈਲੀਵਿਜ਼ਨ ਦਾ ਜ਼ਮਾਨਾ, ਇਲੈਕਟ੍ਰੋਨਿਕ ਮੀਡੀਆ ਦਾ ਜ਼ਮਾਨਾ, ਤੇ ਅਕਸਰ ਜਦੋਂ ਜਾਂਦੇ ਸੀ, ਜੇ ਮੈਂ ਪ੍ਰਿੰਟ ਦੀ ਗੱਲ ਕਰਾਂ, ਤੇ ਜਿਵੇਂ ਤੁਸੀਂ ਦੱਸਿਆ ਕਿ ਧਰਨਿਆਂ ਤੇ ਬੈਠੇ ਹੁੰਦੇ ਸੀ, ਤੇ ਕਈ ਵਾਰੀ ਜਿਹੜੇ ਲੋਕ ਉੱਥੇ ਧਰਨਿਆਂ ਤੇ ਆਏ ਹੁੰਦੇ ਸੀ, ਬੜੇ ਸੁਸਤ ਬੈਠੇ ਹੁੰਦੇ ਸੀ, ਤੇ ਜਾਂ ਫੋਟੋਗ੍ਰਾਫਰ ਨੂੰ ਲੱਗਦਾ ਹੁੰਦਾ ਸੀ ਕਿ ਮੇਰੀ ਪਿਕਚਰ ਨਹੀਂ ਬਣ ਰਹੀ, ਤੇ ਉਹਨੇ ਕਹਿਣਾ ਜੀ ਨਾਰੇ ਲਾਓ, ਹੱਥ ਚੱਕ ਕੇ ਨਾਰੇ ਲਾਓ। ਦੋ ਕੁ ਬੰਦਿਆਂ ਨੇ ਲਾਉਣੇ ਤੇ ਫਿਰ ਉਹਨਾਂ ਨੇ ਹੱਥ ਚੱਕਣੇ ਤੇ ਫਿਰ ਉਹਨੇ ਫੋਟੋ ਕਰਨੀ। ਤੇ ਕਈ ਵਾਰੀ ਮੈਂ ਦੇਖਿਆ ਰੈਲੀਆਂ ਦੇ ਵਿੱਚ, ਤੁਸੀਂ ਦੇਖਿਆ ਬੜੀਆਂ ਭਾਰੀ ਰੈਲੀਆਂ ਹੁੰਦੀਆਂ ਸੀ, ਤੇ ਸਟੇਜ ਤੇ ਚੜ੍ਹ ਕੇ ਫੋਟੋਗ੍ਰਾਫਰ ਨੇ ਜਿਹੜੇ ਉੱਥੇ ਪਤਵੰਤੇ ਸੱਜਣ ਬੈਠੇ ਹੁੰਦੇ ਸੀ ਜਾਂ ਜਿਹੜੇ ਮੋਹਰਲੀ ਕਤਾਰ ਦੇ ਲੀਡਰ ਹੁੰਦੇ ਸੀ, ਤੇ ਉਹਨਾਂ ਨੂੰ ਕਹਿਣਾ ਪਿੱਛੇ ਵੱਲ ਨੂੰ ਦੇਖੋ, ਤੇ ਜਦੋਂ ਉਹਨਾਂ ਨੇ ਪਿੱਛੇ ਦੇਖਣਾ ਤੇ ਫਿਰ ਫੋਟੋ ਕਰਨੀ। ਆਮ ਤੌਰ ਤੇ ਜਿਹੜੀ ਪ੍ਰਿੰਟ ਮੀਡੀਆ ਦੀਆਂ, ਮੈਂ ਬੜੀ ਵਾਰੀ ਉਹਨਾਂ ਨੂੰ ਕਹਿਣਾ, ਸਾਡੇ ਨਾਲ ਜਿਹੜੇ ਫੋਟੋਗ੍ਰਾਫਰ ਹੁੰਦੇ ਸੀ, ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਏਦਾਂ ਕਰੋ, ਨੈਚੁਰਲ ਫੋਟੋ ਨਹੀਂ ਬਣਦੀ। ਉਹ ਕਹਿੰਦੇ ਜੀ ਬਣਦੀ ਨੀ ਫੋਟੋ, ਕਿਉਂਕਿ ਜੇ ਤਾਂ ਤੁਸੀਂ ਅਖਬਾਰਾਂ ਦੀ ਗੱਲ ਕਰੋ ਤੇ ਇੱਕ ਅੱਧੀ ਫੋਟੋ ਲੱਗਣੀ ਹੁੰਦੀ ਹੈ, ਤੇ ਕਈ ਅਖਬਾਰਾਂ ਦੇ ਵਿੱਚ ਜਰਨਲਿਜ਼ਮ ਚ ਇਹ ਰੰਧਾਵਾ ਜੀ ਕਿਹਾ ਜਾਂਦਾ ਅੰਗਰੇਜ਼ੀ ਚ, ਵਨ ਪਿਕਚਰ ਸਪੀਕਸ ਥਾਊਜ਼ੈਂਡ ਵਰਡਸ, ਕਿ ਇੱਕ ਪਿਕਚਰ ਤੁਹਾਡੀ ਇਹੋ ਜਿਹੀ ਹੋਣੀ ਚਾਹੀਦੀ ਹੈ, ਹਜ਼ਾਰ ਸ਼ਬਦ ਬੋਲੇ ਉਹ ਪਿਕਚਰ। ਤੁਸੀਂ ਕੱਲ ਇੱਕ ਪਿਕਚਰ ਦਾ ਜ਼ਿਕਰ ਕੀਤਾ ਸੀ ਅਮਿਤ ਸ਼ਾਹ ਹੋਣਾ ਦੀ, ਕਿਵੇਂ ਐਨਕਾਂ ਸਾਫ਼ ਕਰਦੇ ਜਾਂਦੇ ਸੀ ਤੇ ਕਿਵੇਂ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਦੇਖ ਰਹੇ ਸੀ, ਤੇ ਫਿਰ ਪੁਰਾਣੇ ਸਮੇਂ ਯਾਦ ਆਉਂਦੇ ਹੋਣੇ ਆ ਵੀ ਆਪਾਂ ਤਾਂ ਇਕੱਠੇ ਸੀ ਤੇ ਅੱਜ ਵੱਖਰੇ ਵੱਖਰੇ ਇੱਕ ਦੂਸਰੇ ਦੇ ਖਿਲਾਫ਼ ਖੜੇ ਆ। ਸੋ ਮੇਰਾ ਕਹਿਣ ਦਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਆ। ਹੁਣ ਵੀ ਤੁਸੀਂ ਦੇਖੋ, ਖਾਸ ਤੌਰ ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕਈ ਵਾਰੀ ਇੱਕ ਟੇਕ, ਦੋ ਟੇਕ, ਤਿੰਨ ਟੇਕ, ਤੇ ਹੁਣ ਲੀਡਰਸ ਨੂੰ ਵੀ ਪਤਾ ਲੱਗ ਗਿਆ, ਉਹਨਾਂ ਨੂੰ ਲੱਗਦਾ ਵੀ ਇਹ ਮੇਰੀ ਗੱਲ ਸਹੀ ਨਹੀਂ ਕਹੇਗੀ, ਤੇ ਉਹ ਕਹਿੰਦੇ ਜੀ ਦੁਬਾਰਾ ਕਰ ਲਓ। ਸੋ ਕਈ ਚੀਜ਼ਾਂ ਇਹ ਆਉਂਦੀਆਂ, ਖੈਰ ਪ੍ਰਿੰਟ ਦੇ ਵਿੱਚ ਵੀ ਆਉਂਦੀਆਂ, ਤੇ ਉਹਨਾਂ ਨੂੰ ਹੱਸਣਾ ਵੀ ਪੈਂਦਾ, ਐਕਸ਼ਨ ਵੀ ਕਰਨਾ ਪੈਂਦਾ। ਤੇ ਜਿੱਥੋਂ ਤੱਕ ਤੁਹਾਡੀ ਮੁਰਾਦ ਆ ਕੈਪਟਨ ਅਮਰਿੰਦਰ ਸਿੰਘ ਤੱਕ, ਇਹ ਗੱਲ ਬਿਲਕੁਲ ਠੀਕ ਆ। ਹੁਣ ਉਹ ਲੀਡਰ ਜਿਹੜਾ ਉਹਨਾਂ ਦਾ ਰੁਤਬਾ, ਜੋ ਬਤੌਰ ਮੁੱਖ ਮੰਤਰੀ
ਮੈਨੂੰ ਨਹੀਂ जी ਲੱਗਦਾ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਫੋਟੋ ਆਪਸ ਦੀ नहीं नहीं ਜਿਵੇਂ ਲੋੜ ਆ। मेरी मनप्रीत जी, मेरे देखो मेरी आ शक्ल तो वैसे अजीब किस्म की है, लेकिन ये हासा नची जाता है। वो मैनू ना वो रैलियां दे विच जिहड़ी तुसीं कहिंदे ना पछाण मूंह करन वाली, उदां तां इह किसे सके प्यो दी ना मनन, ते जदों कैमरामैन कहिंदा ना जी पछाण नूं वेखो, नाल उंगल भी इंज हुंदी है ना, वो बंदे ने जी जिंदगी च जी कीता कख नहीं हुंदा है, घरे जी घरे कितें कोई प्राप्ति नहीं कीती हुंदी, ते वो ऐदां जे तू निशान बणाउंदा जिदां ओलंपिक्स च सोन थमगा लियाया होवे ते उहदा बिल्कुल एयरपोर्ट ते स्वागत होण डिया होवे। वो मैनू इंज जी कदे कदे लगदा कि असी लोग सीमित हो गए दिखावे तक, असी जिन्हां ने वो जी फोटो वेखणियां, ते फिर जी सियासतदान उवें क्यों ना करन, भीड़ वेख के भी लै फलाने की रैली च ते हड़ आ गया, वो अकालिया ने मोगे रैली करती ऐरकां दा सरकार आ गई, कांग्रसिया जी ने माघी दे मेले ते सहुं चुक ली सरकार आ गई। गल्लां पता की है जी, ओ तुहानूं याद होणा केजरीवाल दी एक रैली नूं लैके 100 सीटां दा रौला पै गया, पता नहीं वो जी केड़ी सी जी रैली, वो भी माघी सी शायद उदों। ते माघी मैं सी ना जी बिल्कुल मैं ये तुहानूं उही पुछदा कि कप्तान साहब फोटोआं दे भावें वक्ख वक्ख पोज च लवाउण, सानूं रोज फोटोआं चाहीदियां, साडी अणसर दी लोड़ आ सारे मीडिया दी, लेकिन फोटो तो उरे कुछ वखरापन दिखाओ। ये ना कहो कि हुण देखो जी सिद्धू साहब तां कांग्रेस दे प्रधान आ ते मैं हैगा सरकार दा प्रधान, साडे दोनों दे कोई राह वखरे नहीं, असीं तां बिल्कुल कट्ठे, असीं तां इक्को रस्ते ते चल रहे हां, असीं तां 90% तों वध वादे पूरे कर दित्ते आ। इहदे ते हुण टिप्पणी करियो, जे तुसीं वखरे नहीं, जे दो पावर सेंटर नहीं, तां फिर ये लड़ाई किस चीज़ की है? ये हुण जां तां मुख्यमंत्री साहब सिद्धू नूं अपना अहुदा सौंप देण, ਤੇ ਜਾਂ ਸਿੱਧੂ ਸਾਹਿਬ ਕਹਿਣ ਵੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਰਹਿਣਗੇ, ਨਾ ਉਹ ਕਹਿੰਦੇ ਨਾ ਇਹ ਕਹਿੰਦੇ। ਰੰਧਾਵਾ ਜੀ ਬੜਾ ਇੰਟਰਸਟਿੰਗ ਗੱਲ ਆ ਔਰ ਬੜੇ ਉਹ ਜਿਹੇ ਮੋੜ ਤੇ ਰਾਜਨੀਤੀ ਆ ਕੇ ਖੜੀ ਆ ਖਾਸ ਤੌਰ ਤੇ ਕਾਂਗਰਸ ਦੀ ਜਿੱਥੋਂ ਕਈ ਫੈਸਲਾਕੁੰਨ ਜਿਹੜੇ ਆ ਉਹ ਨਤੀਜੇ ਵੀ ਨਿਕਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਲੇਕਿਨ ਇੱਕ ਗੱਲ ਜ਼ਰੂਰ ਆ ਕਿ ਮੈਂ ਦੇਖ ਰਿਹਾ ਸੀ ਜਿਹੜਾ ਕੱਲ ਸਮਾਗਮ ਹੋਇਆ, ਖੈਰ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ, ਜਿੱਥੇ ਮੁੱਖ ਮੰਤਰੀ ਸ਼ਹੀਦ ਊਧਮ ਸਿੰਘ ਹੋਣਾ ਦੇ 81ਵੇਂ ਉਹਨਾਂ ਦੀ ਜਿਹੜੀ ਬਰਸੀ ਮਨਾਈ ਜਾ ਰਹੀ ਸੀ ਸ਼ਹੀਦੀ ਦੇ, ਜਿਹੜੀ ਉਹਨਾਂ ਨੇ 1940 ਦੇ ਵਿੱਚ 31 ਜੁਲਾਈ ਨੂੰ ਉਹਦਾ ਸਮਾਗਮ ਸੀ, ਤੇ ਉੱਥੇ ਇਹ ਗੱਲਾਂ ਉਹਨਾਂ ਨੂੰ ਪੁੱਛੀਆਂ ਜਿਹੜੀ ਗੱਲਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਤੇ ਉਹਨਾਂ ਨੇ ਕਿਹਾ ਜੀ ਦੇਖੋ ਬਿਲਕੁਲ ਇਹੀ ਗੱਲ ਉਹਨਾਂ ਨੇ ਕਹੀ ਆ ਕਿ ਮੈਂ ਸਰਕਾਰ ਚਲਾ ਰਿਹਾ ਤੇ ਉਹ ਪਾਰਟੀ ਚਲਾ ਰਹੇ ਆ, ਤੇ ਸਾਡੇ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਮਤਭੇਦ ਹੈ ਨਹੀਂ, ਅਸੀਂ ਬਿਲਕੁਲ ਇਕੱਠੇ ਹੋ ਕੇ ਚੱਲਣਾ। ਨਵਜੋਤ ਸਿੰਘ ਸਿੱਧੂ ਦੀਆਂ ਵੀ ਸੁਣਾ ਲਗਭਗ ਹੁਣ ਇਦਾਂ ਲੱਗਦਾ, ਜਿਹੜੇ ਲੋਕੀ ਇਹ ਕਹਿੰਦੇ ਸੀ ਬੋਲਦਾ ਬਹੁਤ ਆ, ਇਹ ਤਾਂ ਬੋਲਦਾ ਹੀ ਰਹਿੰਦਾ, ਇਹਨੂੰ ਤਾਂ ਥੋੜਾ ਜਿਹਾ ਮੈਚੋਰਿਟੀ ਨਾਲ ਜਾਂ ਇਹਨੂੰ ਤਜਰਬੇ ਨਾਲ ਥੋੜਾ ਜਿਹਾ ਕੰਮ ਲੈਣਾ ਚਾਹੀਦਾ, ਸਬਰ ਤੋਂ ਕੰਮ ਲੈਣਾ ਚਾਹੀਦਾ ਤੇ ਨਾਲ ਰਲ ਕੇ ਚੱਲਣਾ ਚਾਹੀਦਾ, ਸ਼ਾਇਦ ਜੀ ਉਹਨਾਂ ਨੂੰ ਚੰਗਾ ਲੱਗ ਰਿਹਾ ਹੋਵੇ। ਲੇਕਿਨ ਹੁਣ ਦੂਸਰੀਆਂ ਧਿਰਾਂ ਨੂੰ ਨਹੀਂ ਚੰਗਾ ਲੱਗ ਰਿਹਾ ਹੋਣਾ, ਜਿਹੜੇ ਚਾਹੁੰਦੇ ਆ ਕਿ ਉਹ ਰੋਜ਼ ਬਿਆਨ ਦਾਗਣ, ਉਹ ਰੋਜ਼ ਟਵੀਟ ਕਰਨ, ਉਹ ਰੋਜ਼ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨ, ਸੋ ਇਹੋ ਜਿਹੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਦੂਸਰੀ ਗੱਲ ਇਹ ਜ਼ਰੂਰ ਆ ਕਿ ਹਾਂ ਜੇ ਨੀਅਤ ਠੀਕ ਆ, ਜੇ ਉਹਦੇ ਪਿੱਛੇ ਮਨਸ਼ਾ ਠੀਕ ਆ ਕਿ ਆਪਾਂ ਕੰਮ ਕਰਨਾ, ਤੇ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਚਲਾਉਂਦੇ ਹੋਏ ਇਹ ਗੱਲ ਸਮਝ ਆ ਗਈ ਆ ਕਿ ਜੇ ਮੈਂ ਕੰਮ ਕਰਕੇ ਦਿਖਾਉਂਗਾ ਤੇ ਜਿਹੜੇ ਮੇਰੇ ਕੰਮ ਆ ਉਹ ਮੇਰੇ ਨਾਂ ਤੇ ਬੋਲਣਗੇ, ਕੰਮ ਨਵਜੋਤ ਸਿੰਘ ਸਿੱਧੂ ਹੋਣਾ ਤੇ ਨਹੀਂ ਬੋਲਣੇ, ਕਿਉਂਕਿ ਠੀਕ ਆ ਪਾਰਟੀ ਦਾ ਸੰਗਠਨ ਉਹਨਾਂ ਨੇ ਚਲਾਉਣਾ, ਤੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜੋ ਕਰ ਜਾਣਾ, ਚਾਹੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ 5 ਨੁਕਾਤੀ ਪ੍ਰੋਗਰਾਮ ਆਪਣਾ ਦਿੱਤਾ ਹੋਵੇ, ਚਾਹੇ 18 ਨੁਕਾਤੀ ਪ੍ਰੋਗਰਾਮ ਆ ਉਹ ਹਾਈਕਮਾਂਡ ਨੇ ਦਿੱਤਾ ਹੋਵੇ, ਅਲਟੀਮੇਟਲੀ ਨਾ ਕੈਪਟਨ ਅਮਰਿੰਦਰ ਸਿੰਘ ਦਾ ਹੀ ਵੱਜਣਾ। ਹਾਂ ਜੇ ਆਪਸ ਦੇ ਵਿੱਚ ਇੱਕ ਸੌਹਾਰਦ ਨਾਲ ਇੱਕ ਵਧੀਆ ਖੁਸ਼ਗਵਾਰ ਮਾਹੌਲ ਦੇ ਵਿੱਚ ਨਾ ਲੜ ਕੇ ਉਹ ਕੰਮ ਪੂਰੇ ਹੋ ਜਾਣ ਔਰ ਲੋਕਾਂ ਨੂੰ ਇਨਸਾਫ਼ ਮਿਲ ਜੇ, ਜਿਹੜੀ ਇਨਸਾਫ਼ ਦੀ ਤਵੱਕੋ ਪਿਛਲੇ ਲਗਭਗ 4.5 ਸਾਲ ਤੋਂ ਲਾਈ ਬੈਠੇ ਆ, ਤੇ ਫਿਰ ਮੈਨੂੰ ਲੱਗਦਾ ਫਿਰ ਸਾਰੇ ਦੀ ਵਧੀਆ। ਲੇਕਿਨ ਇਹ ਕੰਮ ਹੋਣਗੇ ਕਿ ਨਹੀਂ ਹੋਣਗੇ, ਜੀ ਜਿਹੜਾ ਸਵਾਲ ਆ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਅ ਮਿਲੀਅਨ ਡਾਲਰ ਕੁਐਸਚਨ, ਤਾਂ ਉਹੀ ਆ। ਜੀ ਮਨਪ੍ਰੀਤ ਜੀ, ਮੈਂ ਨਾ ਸੋਚਦਾ ਹਾਂ ਕਿ ਜਦੋਂ ਦੇ ਕਾਂਗਰਸ ਪ੍ਰਧਾਨ ਸਿੱਧੂ ਸਾਹਿਬ ਦਿੱਲੀਓਂ ਗੇੜਾ ਮਾਰ ਕੇ ਆਏ ਆ, ਉਦੋਂ ਦੇ ਸਾਊ ਜੇ ਦਿਸਦੇ ਆ ਤੇ ਬਦਲੇ ਬਦਲੇ ਜੇ ਨਜ਼ਰ ਆਉਂਦੇ ਆ। ਉਹਨਾਂ ਨੇ, ਮੈਂ ਅਖਬਾਰ ਨਾ ਲਊਂਗਾ, ਅਜੀਤ ਵੈਬ ਟੀਵੀ ਨੂੰ ਇੱਕ ਇੰਟਰਵਿਊ ਦੇ ਵਿੱਚ ਜਦੋਂ ਉਹ ਲੜਕੀ ਨੇ ਪੁੱਛਿਆ ਸਵਾਲ ਉਹਨਾਂ ਨੂੰ ਜਰਨਲਿਸਟ ਨੇ, ਤੇ ਉਹਨਾਂ ਨੇ ਕਿ ਤੁਹਾਡੇ ਆਪਸੀ ਵਿਰੋਧ ਜਾਂ ਤੁਹਾਡੇ ਬਾਗੀ ਹੋਣ ਜਾਂ ਬਾਗੀਆਂ ਨਾਲ ਸੁਭਾਅ, ਉਹ ਕਹਿੰਦੇ ਨਾ 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 ਮੇਰਾ ਕੋਈ ਵਿਰੋਧ ਨਹੀਂ ਕੈਪਟਨ ਸਾਹਿਬ ਨਾਲ, ਮੇਰਾ ਵਿਰੋਧ ਨਹੀਂ। ਤੇ ਮੈਨੂੰ ਨਾਲ ਹੀ ਮੰਚ ਯਾਦ ਆ ਜਾਂਦਾ ਤਾਜਪੋਸ਼ੀ ਵਾਲਾ ਵਿਰੋਧ, ਤਾਂ ਕੋਈ ਹੈ ਹੀ ਨਹੀਂ ਜੀ, ਨਾ ਕੋਈ ਨਜ਼ਰ ਹੀ ਆ ਰਿਹਾ। ਸੋ ਗੱਲਾਂ ਲੋਕਾਂ ਤਾਂ ਕਰਨੀਆਂ ਵਾ, ਇੰਜ ਆ ਕਿ ਜੇਕਰ ਤੁਸੀਂ ਕੁਝ ਕਹਿ ਰਹੇ ਹੋ ਤਾਂ ਉਹ ਨਜ਼ਰ ਆਉਂਦਾ, ਜੇ ਤੁਸੀਂ ਨਹੀਂ ਕਹਿ ਰਹੇ ਤੇ ਉਹ ਵੀ ਨਜ਼ਰ ਆਉਂਦਾ। ਲੇਕਿਨ ਜਿਹੜਾ ਅਹਿਮ ਸਵਾਲ ਆ ਗਿਆ ਸਾਹਮਣੇ ਕਿ ਜਿਨ੍ਹਾਂ ਨੇ ਕੱਲ ਜਿਹੜੇ ਪੀੜਤ ਨੇ
उस गोलीकांड दे जिदे विच दो सिंह शहीद होए, बेअदबी मामलों तो बाद दीआं घटनावां, उन्होंने एक प्रेस कॉन्फ्रेंस की। उन्होंने कहा कि देखो दो 2017 ते ये दो इलेक्शनां 2019 वालियां ये सियासत दे नां ते चलियां गईयां जिहड़ी बेअदबी ते होई, ते असीं नहीं हुण कहिंदे कि तुसीं 22 भी उसे नां ते इलेक्शन लड़ के जितो। फिर उन्हें सिद्धू नूं घेर लिया, वो कहिंदे जी तुसीं जी सियासत कीती है बेअदबी दे नां ते, प्रधानगी तुहानूं मिल गई ट्वीट करके, ते हुण चुप ना करो, तुहाडी चुप चंगी नहीं लगती। सो सीधा निशाना सिद्धू ते साध्या, बनदा भी है। मैनूं लगदा कि जे बंदा कोई दिलों दर्द रखदा ते कुछ हुंदा भी नजर आउणा चाहीदा। की कहिंदे? ਬਿਲਕੁਲ ਉਹਨਾਂ ਦਾ ਦਰਦ ਆਪਣੀ ਜਗ੍ਹਾ ਬਿਲਕੁਲ ਜਾਇਜ਼ ਹੈ ਜੀ। ਜਿਹੜੇ ਇਹ ਲੋਕਾਂ ਦੇ ਨਾਲ ਇਹ ਸਾਰਾ ਕੁਝ ਇਹ ਤਰਾਸਦੀਆਂ ਵਾਪਰੀਆਂ ਸਨ 2015 ਦੇ ਵਿੱਚ, ਤੇ ਲਗਾਤਾਰ ਉਹਨਾਂ ਨੂੰ 6 ਸਾਲ ਹੋ ਗਏ ਆ ਤੇ ਕੋਈ ਇਨਸਾਫ ਨਹੀਂ ਮਿਲਦਾ, ਤੇ ਵੱਖਰੀਆਂ ਵੱਖਰੀਆਂ ਸਰਕਾਰਾਂ, ਚਾਹੇ ਉਸ ਟਾਈਮ ਦੀ ਜਿਹੜੀ ਸਰਕਾਰ ਹੋਵੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ, ਨਾ ਉਹਨਾਂ ਕੋਲੋਂ ਇਨਸਾਫ ਮਿਲਿਆ। ਜਿਹੜੀ ਕਾਂਗਰਸ ਇਹਨੇ ਵਾਅਦੇ ਕਰਕੇ ਆਈ ਸੀ ਕਿ ਅਸੀਂ ਇਨਸਾਫ ਦਿਵਾਵਾਂਗੇ, ਨਾ ਉਸ ਤੋਂ ਇਨਸਾਫ ਮਿਲਿਆ, ਤੇ ਹੁਣ ਮਾੜੀ ਮੋਟੀ ਉਮੀਦ ਜਾਗੀ ਸੀ ਨਵਜੋਤ ਸਿੰਘ ਸਿੱਧੂ ਹੋਣਾ ਤੋਂ, ਤੇ ਜਦੋਂ ਤੋਂ ਪ੍ਰਧਾਨ ਬਣੇ ਨੇ ਵੀ ਆਉਣਗੇ ਤੇ ਫਿਰ ਸਾਡਾ ਜਿਹੜਾ ਮਾਮਲਾ ਉਹ ਪੂਰੀ ਸ਼ਿੱਦਤ ਦੇ ਨਾਲ ਚੁੱਕਣਗੇ। ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਵੀ ਉਸ ਤਰ੍ਹਾਂ ਦੇ ਟਵੀਟ ਨਹੀਂ ਆਉਂਦੇ ਜਾਂ ਉਸ ਤਰ੍ਹਾਂ ਦੇ ਜਿਹੜੇ ਬਿਆਨ ਉਹਨਾਂ ਦੇ ਨਹੀਂ ਆ ਰਹੇ, ਪਰ ਇਹਦਾ ਦੂਸਰਾ ਪਹਿਲੂ ਰੰਧਾਵਾ ਜੀ ਦੇਖਣ ਵਾਲਾ ਇਹ ਆ ਕਿ ਹੁਣੇ ਹੁਣੇ ਤੁਹਾਨੂੰ ਪਤਾ ਹਜੇ ਥੋੜੇ ਦਿਨ ਹੋਏ ਆ, ਇੰਨੀ ਬਹੁਤ ਪਹਿਲਾਂ ਉਹਨਾਂ ਨੂੰ ਜੱਜ ਕਰਨਾ ਇੰਨੇ ਥੋੜੇ ਦਿਨਾਂ ਦੇ ਵਿੱਚ, ਮੈਨੂੰ ਲੱਗਦਾ ਸਾਡੇ ਲਈ ਵੀ ਕਿਤੇ ਨਾ ਕਿਤੇ ਜ਼ਿਆਦਤੀ ਹੋਏਗੀ। ਹਾਂ, ਥੋੜਾ ਜਿਹਾ ਉਹਨਾਂ ਨੂੰ ਸਮਾਂ ਦੇਣਾ ਜ਼ਰੂਰ ਬਣਦਾ, ਘੱਟੋ ਘੱਟ 10-15 ਦਿਨ ਨਹੀਂ ਤਾਂ 20 ਦਿਨ ਦਾ, ਤੇ ਉਸ ਤੋਂ ਬਾਅਦ ਕਿਉਂਕਿ ਹੌਲੀ ਹੌਲੀ ਜਦੋਂ ਪਤਾ ਲੱਗਦਾ, ਜਦੋਂ ਬਿਆਨ ਆਉਂਦੇ ਨੇ, ਜਦੋਂ ਆਪਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਬੋਡੀ ਲੈਂਗੁਏਜ ਦੀ ਗੱਲ ਕੀਤੀ ਆ ਜਾਂ ਹੁਣ ਮੈਚਿਓਰਿਟੀ ਦੀ ਗੱਲ ਕੀਤੀ ਆ, ਲੇਕਿਨ ਇਹਦੇ ਨਾਲ ਦੀ ਨਾਲ ਜੇ ਜਿਹੜੀ ਮੈਂ ਉਹੀ ਗੱਲ ਦੁਬਾਰਾ ਆ ਜਾਂਦੀ ਹੈ ਇੰਟੈਂਸ਼ਨ ਦੀ, ਤੁਹਾਡੀ ਨੀਅਤ ਦੀ, ਤੁਹਾਡੀ ਮਨਸ਼ਾ ਦੀ, ਜੇ ਉਹ ਠੀਕ ਆ ਔਰ ਲੱਗਦਾ ਕਿ ਬਾਰ ਬਾਰ ਉਹ ਸਰਕਾਰ ਨੂੰ ਯਾਦ ਕਰਵਾ ਰਹੇ ਆ ਜਿਸ ਤਰ੍ਹਾਂ ਉਹ ਆਪਣੇ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਜਾ ਕੇ ਮਿਲੇ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਔਰ ਉਹਨਾਂ ਨੂੰ ਦਵਾਇਆ ਸੀ ਯਾਦ ਕਿ ਇਹ ਮੇਰੇ ਖਾਸ 5 ਮੁੱਦੇ ਆ, ਬੇਅਦਬੀ ਦੇ ਕੇਸ, ਡਰੱਗ ਦੇ ਕੇਸ, ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਹੋਈ ਜਾਂ ਜ਼ਖਮੀ ਹੋਏ ਉਹਨਾਂ ਨੂੰ ਇਨਸਾਫ ਦਿਵਾਉਣਾ, ਇਹ ਉਹਨਾਂ ਨੇ ਖਾਸ ਤੌਰ ਤੇ ਇਹਨਾਂ ਦਾ ਜ਼ਿਕਰ ਕੀਤਾ ਸੀ ਕਿ ਇਹਨੂੰ ਪਹਿਲ ਦੇ ਆਧਾਰ ਤੇ ਤੁਸੀਂ ਹੱਲ ਕਰੋ, ਇਹਨੂੰ ਪਹਿਲ ਦੇ ਆਧਾਰ ਤੇ ਲੋਕਾਂ ਨੂੰ ਇਨਸਾਫ ਦਿਵਾਓ। ਤੋਂ ਮੈਨੂੰ ਲੱਗਦਾ ਉਹਦੇ ਵਿੱਚ ਉਹਨਾਂ ਦੀ ਇੱਕ ਤਰ੍ਹਾਂ ਦੀ ਸਿੰਸੈਰਿਟੀ ਨਜ਼ਰ ਆਉਂਦੀ ਹੈ, ਇਮਾਨਦਾਰੀ ਨਜ਼ਰ ਆਉਂਦੀ ਹੈ। ਹਾਂ, ਜੇ ਉਹਨਾਂ ਨੂੰ ਲੱਗਿਆ ਕਿ ਜੇ ਆਪਸ ਦੇ ਵਿੱਚ ਰਲ ਕੇ ਮਿਲ ਕੇ ਚੱਲਾਂਗੇ ਤੇ ਅਸੀਂ ਵੀ ਸੌਖੇ ਤੇ ਦੂਸਰੇ ਵੀ ਸੌਖੇ, ਤੇ ਚਾਹੇ ਲੋਕਾਂ ਦਾ ਜੋ ਕੁਝ ਮਰਜ਼ੀ ਹੋਵੇ, ਫੇਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਮੁਸ਼ਕਲਾਂ ਪੈਦਾ ਹੋਣਗੀਆਂ। ਠੀਕ ਆ, ਉਹਨਾਂ ਦਾ ਦਰਦ, ਜਿਹੜੇ ਪੀੜਿਤ ਆ, ਬਿਲਕੁਲ ਜਾਇਜ਼ ਆ, ਕਿਉਂਕਿ ਉਹਨਾਂ ਨਹੀਂ ਨੂੰ ਤਾਂ ਬਿਲਕੁਲ ਪਹਿਲੇ 6 ਸਾਲ ਹੋ ਗਏ ਆ। ਜੀ 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 ਅਸਲ ਅਸਲ ਚ ਮਨਪ੍ਰੀਤ ਜੀ, ਜਿਹੜਾ ਸੁਹਿਰਦ ਮੀਡੀਆ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ਦੇ ਹਰ ਵਰਗ ਦੀ ਆਵਾਜ਼ ਨੂੰ ਸਥਾਨ ਦੇਵੇ, ਤੇ ਜੇਕਰ ਉਹ ਪੀੜਤ ਜਿਨ੍ਹਾਂ ਦੇ ਪਰਿਵਾਰ ਚਲੇ ਗਏ, ਜਿਨ੍ਹਾਂ ਦੇ ਜੀ ਚਲੇ ਗਏ, ਉਹਨਾਂ ਦਾ ਕੋਈ ਦਰਦ ਆ ਤੇ ਉਹਨੂੰ ਅੱਗੇ ਵਧਾਉਣਾ ਚਾਹੀਦਾ ਮੇਰਾ ਖਿਆਲ। ਦੂਜੀ ਗੱਲ, ਸਾਡਾ ਨੌਕ ਕਰਦੇ ਰਹਿਣਾ ਹੀ ਸਾਡੇ ਜਿਉਂਦੇ ਹੋਣ ਦਾ, ਤੇ ਸਿਆਸਤਦਾਨ ਨਾਲ ਇੱਕ ਹੁੰਦਾ ਨਾ ਯਾਰੀ ਚ ਰਹਿਣਾ, ਤੇ ਇੱਕ ਹੁੰਦਾ ਹੈ ਕਿ ਤੁਹਾਡਾ ਆਪਣੀ ਜ਼ਿੰਮੇਵਾਰੀ ਚ ਰਹਿਣਾ। ਸੋ ਮੈਨੂੰ ਲੱਗਦਾ ਜ਼ਿੰਮੇਵਾਰੀ ਚ ਰਹਿਣਾ ਜ਼ਿਆਦਾ ਵਧੀਆ ਫੈਸਲਾ ਹੈ, ਤੇ ਅਸੀਂ ਅਸੀਂ ਸਿੱਧੂ ਸਾਹਿਬ ਦੇ ਖੈਰ ਖਵਾਹ ਹੈ ਕਿਉਂਕਿ ਉਹ ਬਾਗੀਅਨ ਸੁਭਾਅ ਦੇ ਨੇ ਤੇ ਪੰਜਾਬ ਨੂੰ ਵਾਰਾ ਖਾਂਦਾ। ਕਈ ਮਸਲੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਾਹਮਣੇ ਆ ਗਏ ਉਹ ਸਿੱਧੂ ਦੇ ਰੌਲੇ ਰੱਪੇ ਕਰਕੇ ਆ ਗਏ, ਜਿਹੜੇ ਨਹੀਂ ਸੀ ਆਏ। ਹਾਲਾਂਕਿ ਪ੍ਰਸ਼ਾਸਨਿਕ ਹਲਕਿਆਂ ਦੇ ਕਈ ਗਲਿਆਰੇ ਕਹਿੰਦੇ ਕਿ ਸਿੱਧੂ ਨੂੰ ਵੀ ਪਤਾ ਸੀ ਕਿ ਮਗਰਲੇ 3-4 ਮਹੀਨਿਆਂ 'ਚ ਇਹੋ ਕੁਝ ਹੀ ਹੋਣਾ ਸੀਗਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਿਆਸਤ ਸਾਧਨੀ ਸੀ। ਇਹ ਵਾਰਾ ਖਾਨ ਦੀ ਸਿਆਸਤ ਆ ਜਿਹੜੀ ਅੱਗੇ ਵਧਣੀ ਵਧਣੀ ਸੀ। ਪਰ ਮੈਂ ਇੱਕ ਕੈਪਟਨ ਅਮਰਿੰਦਰ ਸਿੰਘ ਦੇ ਹੋਰ ਸਵਾਲ ਦੇ ਜਵਾਬ ਦਾ ਜ਼ਿਕਰ ਕਰਨਾ ਚਾਹੂੰਗਾ। ਉਹ ਕਹਿੰਦੇ ਜੀ ਮੈਂ ਜਿਹੜਾ ਫੇਰ ਬਦਲ ਦਾ ਬਹੁਤਾ ਅਜੇ ਦਾਅਵਾ ਨਹੀਂ ਕਰਦਾ, ਪਰ ਆਪਾਂ ਮੈਂ ਜਾਣਾ ਦਿੱਲੀ ਤੇ ਉੱਥੇ ਮੈਂ ਵਿਚਾਰੂੰਗਾ ਇਹ ਮਸਲਾ। ਇਹਦਾ ਮਤਲਬ ਵਜ਼ਾਰਤੀ ਰੱਦੋ ਬਦਲ ਵੀ ਸਾਹਮਣੇ ਪਈ ਹੈ, ਜਾਂ ਤੇ ਉਹ ਇੱਕ ਮਾੜਾ ਜਿਹਾ ਸੁਨੇਹਾ ਲਾਉਣਾ ਚਾਹੁੰਦੇ ਵੀ ਦੇਖੋ ਮੈਂ ਤੇ ਕੱਖ ਨਹੀਂ ਕਰਨਾ ਚਾਹੁੰਦਾ ਸਾਰੇ ਮੰਤਰੀਆਂ ਨੂੰ, ਵੀ ਮੇਰੇ ਨਾਲ ਨਾਰਾਜ਼ ਨਾ ਹੋਵੋ, ਜੇ ਕੁਝ ਹੋਇਆ ਤੇ ਦਿੱਲੀਓਂ ਹੋਣਾ, ਤੇ ਹੋ ਸਕਦਾ ਵੀ ਹੌਲੀ ਹੌਲੀ ਉਹ ਦਿੱਲੀ ਆਪਣੀ ਗੱਲ ਵੀ ਰੱਖ ਕੇ ਕੁਝ ਬੰਦੇ ਇੱਧਰ ਉੱਧਰ ਵੀ ਕਰ ਦੇਣ। ਵਜ਼ਾਰਤੀ ਰੱਦੋ ਬਦਲ ਮੈਨੂੰ ਲੱਗਦਾ ਜੋ ਦਿਸਦਾ ਹੁੰਦਾ, ਕੈਪਟਨ ਸਾਹਿਬ ਕਹਿ ਰਹੇ ਆ ਕਿ ਸਿੱਧੂ ਨਾਲ ਸਭ ਠੀਕ ਹੈ, ਸਿੱਧੂ ਕਹਿ ਰਹੇ ਆ ਕਿ ਅਸੀਂ ਇਕੱਠੇ ਹਾਂ, ਮੁੱਦਿਆਂ ਦੀ ਲੜਾਈ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਧੜਿਆਂ ਦੀ ਲੜਾਈ ਵੀ ਅਗਲੇ ਦਿਨਾਂ 'ਚ ਅੱਗੇ ਵਧੂਗੀ? ਬਿਲਕੁਲ, ਧੜੇਬਾਜ਼ੀ ਤੁਹਾਨੂੰ ਵੀ ਪਤਾ ਰੰਧਾਵਾ ਜੀ, ਬੜੀ ਦੇਰ ਤੋਂ ਤੁਹਾਡੀ ਵੀ ਪੋਲਿਟਿਕਸ ਤੇ ਨਜ਼ਰ ਆ, ਤੁਸੀਂ ਆਪ ਕਦੇ ਬੜੇ ਐਕਟਿਵਿਸਟ ਰਹੇ ਹੋ ਅੱਗੇ ਵੱਧ ਕੇ। ਤੋਂ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਪਾਰਟੀ ਲੈ ਲਓ, ਕੋਈ ਵੀ ਗਰੁੱਪ ਲੈ ਲਓ, ਧੜੇਬਾਜ਼ੀ ਹਰੇਕ ਪਾਰਟੀ 'ਚ, ਚਾਹੇ ਉੱਪਰਲਾ ਚਿਹਰਾ ਉਹਨਾਂ ਦਾ ਜੋ ਵੀ ਮਰਜ਼ੀ ਨਜ਼ਰ ਆਉਂਦਾ ਹੋਵੇ, ਧੜੇਬਾਜ਼ੀ ਹਰੇਕ ਪਾਰਟੀ 'ਚ ਰਹਿੰਦੀ ਹੈ, ਗਰੁੱਪ ਰਹਿੰਦਾ,
वैसे भी तुसी देख लो आम कम्मा कारा दी दुनिया दे विच भी, चाहे सरकारी दफ्तरां च लै लो, प्राइवेट अदारियां च लै लो, तुहानू हर जगह ही वह धड़ेबाजी, या ईवन स्कूलां कॉलेजां च बच्चियां च तुहानू ग्रुप नजर आउणगे, ये रहिंदी है क्योंकि ये इंसान की एक फितरत आ, एक ओहदी जिंदगी का हिस्सा कि उन्हें जेडे चंद लोग उसकी अपनी फितरत दे हुंदे आ, उहदे नाल उह ज्यादा नेड़ता करके रहिंदा, उहदे नाल ज्यादा नेड़े रहिंदा, ते उहनूं लगदा कि ये मेरे खैर गवाह ने, ये मेरा आने वाले दिनों दे विच मेरा इंटरस्ट वधाउणगे। सो इहो जी जिहड़ी आ, और खास तौर ते पॉलिटिक्स आ, जिथे पॉलिटिक्स दा बहुत वड्डे घाक बैठे आ, जिहड़ी जी उन्हां ने जिहड़ी पॉलिटिक्स करनी आ उहदा तां आपां नूं पता ही आ। सो इस करके उहनां दे विच आपस दे विच कंपीटिशन होणा, एक दूसरे नूं कट्टणा। हुण मैं तुहानूं एक छोटी जिही एग्जाम्पल दे दिंदा, बहुत सारे लोकी इह वी उदाहरण दिंदे ने कि जिहड़े नवजोत सिंह सिद्धू होणा दे बहुत खास बणे होए ने, उह चाहुंदे ने कि नवजोत सिंह सिद्धू रोज बयान दागण, इस तरह दे बयान दागण कि अपने बयानां दे विच ही फस जाण, ते ना उन्हां नूं कुछ करना पवे, ते उन्हां नूं हल्लाशेरी मिलदी रहे, ते अपने आप ही अपने बयानां च फस के ते पासे हो जाण, ते उन्हां लई राह पदरा हो जाए। कहण दा मतलब आ कि किस वेले तुहानूं किस बंदे ने ठिब्बी ला देनी है, किस बंदे ने तुहाडे उत्ते चढ़ के पौड़ी ला के उत्ते चढ़ जाणा, राजनीति दे विच कुछ पता नहीं लगदा। जिहड़ा सब तों खास अपना सगा हुंदा, कई इस हाँ तरह दे पोलिटिशियन आ, मैं नां नहीं लैणा चाहुंदा, बड़े सियासतदान, उगे सियासतदान आ, वो कहिंदे जदों किसे नूं मारना हुंदा सी ते उहदे घरे जाके चाह पीण चले जांदे सी, उहदे घरे जाके रोटी गल खाण लग जांदे सी। सो मेरा कहण दा मतलब आ, सो इस तरह दी नहीं नहीं सियासत नहीं 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 मनप्रीत जी, ना ना क्यों नहीं लेना। देखो साडे ते कोई पाबंदी है? आ। वत वत की कोई मान हानि कर दू, कर दे साडा नहीं कड़ा कोई मान मान अगे। हानि नहीं करनी। मैं कहना, मैं हसदा मनप्रीत जी, तुही गल कर रहे हो सर प्रकाश सिंह बादल दी। कहिंदे जिन्हों ना घुट गया हाँ वो जी जथेदार ना लै के बुलाउंदे सी, मुड़ के अगला 2-3 साल कितें लभदा नहीं सी सियासत विच। दूजी गल कहिंदे बिल्कुल हुंदे सी जिहदे नाल प्रकाश सिंह बादल दी जफ्फी जिहनूं गल च लै लिया वो मुड़ के लमकदा ही नजर आउंदा सी। खैर ए वैसे ओ प्रौड सियासतदान दीआं गल्लां ने। लोकां दे 100 उहनां नाल इख्तलाफात हो सकदे आ, विरोध विचार हो सकदे आ, लेकिन मैनूं इंज लगदा कि उन्हां दी चुप ने ते ढिड दी गंढ ने सियासत दे विच दहाकियां तक राज कीता, जिहड़ा होर किसे पॉलिटिशियन दे हिस्से नहीं आया। सानूं तां इन्नी जी गल पता लग जाए पहाड़ बना के दसदे आ, लेकिन प्रकाश जी सिंह बादल दे ढिड दी कोई नहीं कढ सकिया, उन्हां दा सका पुत वी नहीं मैनूं लगदा कढ सकिया। सो हाँ जी ये राजनीति आ। मैं गल करदा सी वजारती रद्दो बदल दी, लेकिन एक गल होर संकेतक आ। तुसीं संकेतक गल्लां नूं वाह वाह खोल दिंदे हुंदे हो, मैनूं ये जरूर दसो कि जदों कैप्टन अमरिंदर सिंह कहिंदे आ कि मैनूं पता है जिहड़ियां संगठन दीआं जिम्मेवारियां मैं 2 वारी निभाई आ, मतलब मैं प्रशासनिक मुखी हाँ, मैं सरकार दा मुखी हाँ, वो साडी पार्टी दे मुखी संगठन ने, ते उन्हां नूं भी लोकां ने मिलना है। तुहानूं लगदा कि असिधे जां सिधे तरीके नाल कैप्टन अमरिंदर सिंह कह रहे हैं कि मैनूं पता है कि पार्टी प्रधान कोल किन्ना कुछ हुंदा है? दस्सिओ जरा इस टिप्पणी दा की अर्थ है कि मुखी तां मैं ही हाँ, वो MLA नूं सुनेहा दे रहे, पंजाब दे लोकां नूं दे रहे हैं, जां मन नूं धरवास दे रहे, जां सिद्धू नूं कुछ कह रहे। बिल्कुल उन्होंने गल बड़ी स्पष्ट कर दी है कि सरकार मैं चलाउणा, जिहड़ियां एग्जैक्टिव पावर्स आ जां जिहड़ियां जी सरकार नूं अफसरां नूं निर्देश देने आ वो मैं देने आ, मेरे तो ही काम चलने आ, मेरे नाल बना के रखो, मैनू जे क्रिटिसाइज करे जाओगे या मेरी आलोचना करी जाओगे, काम इस तरह नहीं चलने, अपना संगठन चलाओ। मैं भी संगठन चलाए आ, जदों मैं संगठन चलाए आ ते आपस दे विच साडी किसे तरह की कोई विरोधता नहीं सी हुंदी हुंदी, तुसीं जी विरोध करके नहीं मेरे नाल चल सकते। सो बड़ा स्पष्ट, ते नाले सरकारी कामां दे विच इंटरफेयर ना करो, मैनू दसो मेरे ताई सारे काम होणगे, ते मैं काम पहलां तों ही कर रहा, मैनू सुनेहा मिल चुका, मैनू हाई कमांड तों सुनेहा मिल चुका, ते मैनू तुसीं ना सुनेहे लाओ। बड़ा स्पष्ट उन्हां ने एक लकीर खिंचती है, लाइन खिंचती है कि मैं सरकार चलाउणी है, मैनू पता किदां, और मैनू एक्सपीरियंस भी आ, मैनू तजर्बा भी आ, मैं पहली बार नहीं कोई सरकार चला रहा, पहला भी 5 साल चला चुका, तो यह मेरी दूसरी टर्म आ। सो कहण दा मतलब आ उन्होंने सारा कुछ बड़ा खोल के दस दिता कि भाई अपनी अपनी थां ते रह के अपना अपना काम करो, दूसरे दे कम्मां दे विच लत्त ना अड़ाओ, अड़ाओगे जी फायदा कुछ नहीं होना, पैर टुट जूगा, मैनू अपना काम करन दो। जी बिल्कुल ठीक है मनप्रीत जी। वो जेडे सवेरे सवेरे गड्डी कढ के प्रधान जी दे गोडियां हथ मुड़ के CM हाउस दे आले दुआले गेड़े कढ़न वालियां नूं क्लीयर मैसेज आ कि संगठन उधर है, पार्टी इधर है, काम मेरे कोल ही आना पैणा। चलो खैर छड्ड दे, उहनां दोनां दा निजी मसला चलाई चलण। जे पंजाब लई कोई चंगा होऊगा ते असीं उहदा ढोल वजावांगे, नहीं तां असीं रोज आलोचना करांगे, साडा हक बणदा। जिन्हें गुस्सा करना उत्तों माफी, चलो माफी मंग लैने। कहिंदे माफी मंगण नाल बंदा वड्डा हुंदा, पर मनप्रीत जी मैनूं
ਜਿਹੜਾ ਅਕਾਲੀ ਵਫਦ ਰਾਸ਼ਟਰਪਤੀ ਨੂੰ ਮਿਲਿਆ, ਵਫਦ जी ਤਾਂ ਨਹੀਂ ਕਹੂੰਗਾ ਮੈਂ, ਕਾਫੀ ਸਾਰੀਆਂ ਪਾਰਟੀਆਂ ਦੇ ਉਹਨਾਂ ਦੇ ਨਾਲ ਲੋਕ ਸੀਗੇ, ਬੀਬਾ जी ਹਰਸਿਮਰਤ ਕੌਰ ਬਾਦਲ ਦੇ। ਖੈਰ ਇਹ ਇੱਕ ਚੰਗੀ ਗੱਲ ਆ ਕਿ ਤੁਸੀਂ ਸਟੇਟ ਦੇ ਹਿੱਤਾਂ ਲਈ ਜੇਕਰ ਉੱਪਰ ਨੌਕ ਤੇ ਕਰਦੇ ਹੋ, ਪਰ ਸ਼ਰਤ ਇਹ ਹੈ ਕਿ ਨੌਕ ਕਰਨ ਦੇ ਕੋਈ ਰਿਜ਼ਲਟ ਵੀ ਆਉਣ, ਨਤੀਜੇ ਵੀ ਆਉਣ। ਆ ਪੰਜਾਬ ਵਿਧਾਨ ਸਭਾ ਚ ਬਿੱਲ ਪਾਸ ਹੋ ਗਿਆ, ਇੱਕ ਨਹੀਂ ਇੱਕ ਤੋਂ ਵੱਧ ਹੋ ਗਏ, ਉਹ ਰਾਜਪਾਲ ਨਹੀਂ ਪਤਾ ਨਹੀਂ ਅੱਗੇ ਭੇਜੇ ਕਿ ਨਹੀਂ, ਕਿਤੇ ਰਾਸ਼ਟਰਪਤੀ ਦੇ ਰਾਹ ਚ ਲੰਮ ਗਏ, ਕਦੇ ਉਹਨਾਂ ਤੇ ਕੋਈ ਸਹੀ ਪੈ ਕੇ ਆਈ ਨਹੀਂ। ਸੋ ਮੈਨੂੰ ਇੰਜ ਲੱਗਦਾ ਹੈ ਕਿ ਇਹ ਜਿਹੜੀ ਖਾਨਾ ਪੂਰਤੀ ਆ, ਇਹਦੇ ਕੋਈ ਸਿੱਟੇ ਮੈਨੂੰ ਦੱਸਿਓ, ਕੁਝ ਨਿਕਲਦੇ ਇਹਨਾਂ ਚੀਜ਼ਾਂ ਦੇ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਉਹ, ਔਰ ਜੀ ਪਿਛਲੇ ਕਾਫੀ ਸਮੇਂ ਤੋਂ 19 ਜੁਲਾਈ ਤੋਂ ਰੰਧਾਵਾ ਜੀ ਇਹ ਇਜਲਾਸ ਜਿਹੜਾ ਮੌਨਸੂਨ ਦਾ ਉਹ ਸ਼ੁਰੂ ਹੋ ਗਿਆ ਸੀਗਾ, ਜਿਹੜਾ ਪਾਰਲੀਮੈਂਟ ਦਾ ਸੈਸ਼ਨ, ਤੇ ਲਗਾਤਾਰ ਉਦੋਂ ਤੋਂ ਹੀ ਸ਼੍ਰੋਮਣੀ ਜੀ ਅਕਾਲੀ ਦਲ ਹੋਵੇ ਜਾਂ ਹੋਰ ਵਿਰੋਧੀ ਪਾਰਟੀਆਂ ਸੀ, ਉਹ ਲਗਾਤਾਰ ਕਿਸਾਨਾਂ ਦੇ ਹੱਕ 'ਚ ਨਿੱਤਰ ਰਹੀਆਂ ਸੀ, ਉਹਨਾਂ ਦੇ ਜੀ ਸਮਰਥਨ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸੀ, ਤੇ ਜੀ ਉਹਨਾਂ ਨੂੰ ਇਹੀ ਲੱਗਦਾ ਸੀ, ਕਿਉਂਕਿ ਤੁਹਾਨੂੰ ਇਹ ਵੀ ਪਤਾ ਹੈਗਾ ਕਿ ਕਿਸਾਨਾਂ ਦੇ ਆਗੂਆਂ ਨੇ ਇਹ ਗੱਲ ਕਹਿਤੀ ਸੀ ਕਿ ਅਸੀਂ ਇੱਕ ਜੀ ਪੀਪਲਸ ਵਿਪ ਜਾਰੀ ਕਰਨ ਲੱਗੇ ਆ, ਜਿਹੜਾ ਸਾਡੀ ਮਦਦ ਕਰੂਗਾ ਜਾਂ ਸਿਰ ਜਿਹੜਾ ਸਾਡੇ ਹੱਕ 'ਚ ਖੜੂਗਾ, ਅਸੀਂ ਵੀ ਉਸ ਬਾਰੇ ਵਿਚਾਰ ਕਰਾਂਗੇ। ਕਹਿਣ ਦਾ ਮਤਲਬ ਕਿ ਤੁਸੀਂ ਸਾਰੇ ਵਿਰੋਧੀ ਪਾਰਟੀਆਂ ਸਾਡੇ ਹੱਕ 'ਚ ਖੜੋ। ਇਸੇ ਜੀ ਕਰਕੇ ਤੁਸੀਂ ਦੇਖੋ ਕਿ ਲਗਭਗ 2 ਹਫ਼ਤਿਆਂ ਤੋਂ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ, ਮੌਨਸੂਨ ਸੈਸ਼ਨ ਆ, ਉਹ ਲਗਭਗ ਜਿਹੜਾ ਹੈ ਹਰ ਵਾਰੀ ਅਡਜਰਨ ਹੋ ਜਾਂਦਾ, ਜਿਹੜਾ ਕੰਮ ਰੋਕੂ ਦੇ ਮਤੇ ਉੱਥੇ ਲਗਾਤਾਰ ਬਾਰ ਬਾਰ ਆਉਂਦੇ ਨੇ। ਤੇ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਜਿਹੜਾ ਉਹ 8 ਪਾਰਟੀਆਂ ਦਾ ਇਹ ਜਿਹੜਾ ਇੱਕ ਤਰ੍ਹਾਂ ਤੁਸੀਂ ਵਫਦ ਦੀ ਗੱਲ ਕੀਤੀ ਆ, ਉਹਦੇ ਵਿੱਚ CPI, CPM, NCP, ਸ਼ਿਵ ਸੈਨਾ, ਇਹ ਤਮਾਮ ਪਾਰਟੀ, ਈਵਨ ਬਹੁਜਨ ਸਮਾਜ ਪਾਰਟੀ, ਇਹ ਸਾਰੀਆਂ ਜਾ ਜੀ ਕੇ ਫਿਰ ਰਾਸ਼ਟਰਪਤੀ ਨੂੰ ਮਿਲਦੀਆਂ। ਔਰ ਜਿਹੜੀ ਇੱਕ ਤਰ੍ਹਾਂ ਦਾ ਇਨੀਸ਼ੀਏਟਿਵ ਸੀ, ਜਿਹੜਾ ਪਹਿਲਾਂ ਇਹਨਾਂ ਨੇ ਕੰਮ ਕਰਨਾ ਸੀ, ਜਿਸ ਕਰਕੇ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ ਵੀ ਹੁੰਦੀ ਆ ਕਿ ਤੁਸੀਂ ਸ਼ੁਰੂ 'ਚ ਜਿਹੜੇ ਕਿਸਾਨਾਂ ਦੇ ਨਾਲ ਨਹੀਂ ਖੜੇ, ਹੁਣ ਮੈਨੂੰ ਲੱਗਦਾ ਉਹ ਫਟਾਫਟ ਉਸ ਦੂਰੀ ਨੂੰ ਜਿਹੜੀ ਆ, ਉਹ ਜਿਹੜੀ ਰਹਿ ਗਈ ਸੀ ਉਹਨੂੰ ਨਾਪਣ ਦੀ ਕੋਸ਼ਿਸ਼ ਕਰ ਰਹੇ ਆ, ਜਿਹੜੀ ਇੱਕ ਤਰ੍ਹਾਂ ਦੀ ਦੂਰੀ ਆ ਗਈ ਸੀ, ਜਾਂ ਕਿਸੇ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਸੀ, ਜਾਂ ਇਹ ਲੱਗਦਾ ਸੀ ਕਿ ਕਿਸਾਨ ਕਿਸੇ ਸ਼ਾਇਦ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾ ਦੇਖਦੇ ਆ, ਉਹ ਚੀਜ਼ਾਂ ਉਹ ਲਗਾਤਾਰ ਦੂਰ ਕਰ ਰਹੇ ਆ। ਤੇ ਹੁਣ ਮੈਨੂੰ ਲੱਗਦਾ ਜਿਸ ਤਰ੍ਹਾਂ ਕਿਸਾਨਾਂ ਦੇ ਹੱਕ 'ਚ ਨਿੱਤਰ ਕੇ, ਚਾਹੇ ਉਹ ਸਾਰੀਆਂ 8 ਪਾਰਟੀਆਂ ਦਾ ਡੈਲੀਗੇਸ਼ਨ ਲੈ ਕੇ ਜਾਣਾ ਰਾਸ਼ਟਰਪਤੀ ਕੋਲੇ, ਰਾਮਨਾਥ ਕੋਵਿੰਦ ਨੂੰ ਉਹਨਾਂ ਨੇ ਦਿੱਤਾ ਕਿ ਖੇਤੀਬਾੜੀ ਕਾਨੂੰਨ ਜਲਦੀ ਤੋਂ ਜਲਦੀ ਰੱਦ ਕਰੋ, ਤੇ ਹੁਣ ਇਹ ਮੈਨੂੰ ਲੱਗਦਾ ਨਿੱਤਰਨਾ ਹੀ ਪੈਣਾ। ਸੰਨ 2022 ਦੀਆਂ ਚੋਣਾਂ ਤੁਹਾਨੂੰ ਪਤਾ ਬਿਲਕੁਲ ਨੇੜੇ ਆ ਗਈਆਂ, ਤੇ ਜੀ ਅਕਾਲੀ ਦਲ ਨੂੰ ਵੀ ਪਤਾ ਲੱਗ ਗਿਆ ਤੇ ਬਾਕੀ ਪਾਰਟੀਆਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਖੜਾ। ਔਰ ਬਾਅਦ 'ਚ ਹੋ ਸਕਦਾ, ਕਈ ਵਾਰੀ ਇਹ ਤਾਂ ਹੁੰਦਾ, ਆਪਾਂ ਕਈ ਵਾਰੀ ਮੁੱਦੇ ਲੈਂਦੇ ਹਾਂ, ਕਈ ਵਾਰੀ ਸ਼ੁਰੂ ਦੇ ਵਿੱਚ ਸਾਡੀ ਜਿਹੜੇ ਓਪੀਨੀਅਨ ਹੁੰਦੇ ਆ ਜਾਂ ਸਾਡੀ ਸੋਚ ਜਾਂ ਸਮਝ ਹੁੰਦੀ ਆ, ਸ਼ਾਇਦ ਵੱਖਰੀ ਹੋ ਸਕਦੀ ਆ, ਲੇਕਿਨ ਜੀ ਜੇ ਉਹ ਬਦਲ ਜੇ, ਇੱਕ ਸਿੱਟੇ ਤੇ ਆ ਕੇ ਖੜੀ ਹੋ ਜਾਏ, ਤੇ ਫਿਰ ਕੋਈ ਗੱਲ ਨਹੀਂ, ਉਹਨੂੰ ਵੀ ਐਕਸੈਪਟ ਕਰਨ ਦੀ ਲੋੜ ਹੁੰਦੀ ਆ। ਸੋ ਕੋਈ ਗੱਲ ਨਹੀਂ, ਜੇ ਅੱਜ ਉਹ ਖੜੇ ਨੇ ਔਰ ਕਿਸਾਨਾਂ ਦੇ ਹੱਕ 'ਚ ਪੂਰੀ ਤਰ੍ਹਾਂ ਨਿੱਤਰਦੇ ਨੇ, ਤੇ ਇਸ ਚੀਜ਼ ਨੂੰ ਵੀ ਐਕਸੈਪਟ ਕਰਨਾ ਚਾਹੀਦਾ। ਜੀ ਅਕਾਲੀ ਦਲ ਜਦੋਂ ਤੋਂ ਹੋਂਦ 'ਚ ਆਇਆ ਉਹ ਇਸ ਖਿੱਤੇ ਦੀ ਲੜਾਈ ਲੜਦਾ ਰਿਹਾ। ਜੇਕਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ ਦੁਬਾਰਾ ਉਸ ਪਿਰਤ ਨੂੰ ਜਾਨ ਦਿੰਦਾ ਹੈ, ਉਹਦੇ 'ਚ ਰੂਹ ਫੂਕਦਾ ਹੈ, ਉਹਦੇ 'ਚ ਆਪਣਾ ਪੱਖ ਰੱਖਦਾ ਹੈ, ਤਾਂ ਮੈਨੂੰ ਲੱਗਦਾ ਕਿ ਇਹ ਪੰਜਾਬ ਲਈ ਸ਼ੁਭ ਸ਼ਗਨ ਹੋਊਗਾ। ਖੇਤਰੀ ਪਾਰਟੀ ਦੇ ਉਭਾਰ ਨਾਲ ਕਈ ਮਸਲੇ ਹੱਲ ਹੁੰਦੇ ਨਜ਼ਰ ਆਉਂਦੇ ਹੁੰਦੇ ਆ, ਲੋਕਲ ਪ੍ਰੈਸ਼ਰ ਲੋਕਲ ਮੁੱਦਿਆਂ ਨੂੰ ਜ਼ਰੂਰ ਐਡਰੈਸ ਕਰਦਾ ਹੁੰਦਾ ਹੈ। ਸੋ ਮੈਂ ਚਾਹੂੰਗਾ ਕਿ ਅਕਾਲੀ ਦਲ ਵਜਕੇ ਨਾਲ ਅੱਗੇ ਵਧੇ, ਲੇਕਿਨ ਹਾਲਾਂ ਜਿਹੜੀ ਉਹ ਫੈਡਰਲਿਜ਼ਮ ਦੀ ਗੱਲ ਆ, ਕੇਂਦਰੀ ਢਾਂਚੇ ਦੀ, ਜਿਹੜੀ ਕਹਿੰਦੇ ਹੁੰਦੇ ਸੱਤਾ ਦਾ ਵਿਕੇਂਦਰੀਕਰਨ, ਉਹ ਘਰੇ ਪਹਿਲਾਂ ਕਰਨਾ ਚਾਹੀਦਾ ਕਿ ਇੱਕ ਬੰਦੇ ਕੋਲ ਹੀ ਪਾਵਰ ਘਰੋਂ ਫੈਸਲਾ ਲੈ ਕੇ ਚੱਲੇ, ਇੰਜ ਨਹੀਂ ਹੁੰਦਾ। ਇੱਕ ਪਾਰਟੀ ਉਹ ਸੰਗਠਨ ਜਿਹੜਾ ਬਹੁਤ ਸਾਰੇ ਸਮੂਹਾਂ ਤੇ ਵਿਚਾਰਾਂ ਚ ਵੰਡਿਆ ਹੁੰਦਾ, ਉਹਨੂੰ ਅੱਗੇ ਵਧਾਉਣ ਦੀ ਲੋੜ ਆ, ਉਹਦੇ ਨਾਲ ਹੀ ਪਾਰਟੀਆਂ ਚ ਜਾਨ ਪੈਂਦੀ ਆ। ਖੈਰ ਮੈਂ ਹੁਣ ਆਊਂਗਾ ਜੀ ਓਲੰਪਿਕਸ ਵੱਲ, ਹੁਣ ਤੋਂ ਥੋੜੀ ਦੇਰ ਬਾਅਦ ਪਹਿਲਾਂ ਸ਼ਾਇਦ ਆਪਣੀ ਭਾਰਤੀ ਹਾਕੀ ਕੁੜੀਆਂ ਦੀ, ਮਹਿਲਾਵਾਂ ਦੀ ਟੀਮ ਹੈ, ਉਹ ਕੁਆਟਰ ਫਾਈਨਲ ਚ ਪਹੁੰਚ ਗਈ ਹੈ। ਉਸ ਤੋਂ ਪਹਿਲਾਂ ਕਮਲਪ੍ਰੀਤ ਕੌਰ ਲੰਬੀ ਹਲਕੇ ਤੋਂ, ਉਹਨੇ ਇੱਕ ਆਸ ਜਗਾਈ ਹੈ ਪੰਜਾਬ ਦੇ ਵਿੱਚ, ਕਾਫੀ ਖੁਸ਼ਨੁਮਾ ਮਾਹੌਲ ਉਸ ਚੀਜ਼ ਨੂੰ ਲੈ ਕੇ, ਲੇਕਿਨ ਇੱਕ ਉਦਾਸੀ ਵਾਲੀ ਖਬਰੇ ਸੀ ਕਿ 105 ਸਾਲਾ ਅਥਲੀਟ ਬੇਬੇ ਮਾਨ ਕੌਰ, ਬੜਾ ਜ਼ਿਕਰ ਹੁੰਦਾ ਰਿਹਾ ਕਿ ਜੀ ਤੁਸੀਂ ਜੀ 17 ਦੇ ਵਿੱਚ ਹੀ ਗੋਡੇ ਫੜ ਲੈਂਦੇ ਹੋ, ਤੁਸੀਂ 60 ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਮੰਜੇ ਤੇ ਬਹਿ ਜਾਂਦੇ ਹੋ, ਯਾਰ ਹੁਣ ਤਾਂ ਆਪਾਂ ਵਿਹਲੇ ਹੋ ਗਏ। ਲੇਕਿਨ ਜਿਨ੍ਹਾਂ ਦੇ ਸੀਨੇ 'ਚ ਕੁਝ ਦੱਬੀ ਹੁੰਦੀ ਆ ਅੱਗ, ਜਿਨ੍ਹਾਂ ਦੀ ਚਿਣਗ ਹੁੰਦੀ ਆ, ਉਹ ਫਿਰ ਉਮਰਾਂ ਉਮਰਾਂ ਨੂੰ ਪਿੱਛੇ ਧੱਕ ਦਿੰਦੇ ਆ, ਜਿਨ੍ਹਾਂ ਚਿਰ ਜੀਂਦੇ ਆ ਉਹ ਫਿਰ ਤੁਹਾਨੂੰ ਪਤਾ ਕਿੱਦਾਂ ਜੀਂਦੇ ਆ, ਜਿਹੜਾ ਖੁੱਲ ਕੇ ਵਿਛ ਕੇ ਜੀਣਾ ਪਾਸ਼ ਆਖਦਾ ਹੁੰਦਾ। ਸੋ ਉਹ ਜਿਹੜੀ ਚੀਜ਼ ਆ ਉਹ ਇਸ ਵੇਲੇ ਨਜ਼ਰ ਆਉਣੀ ਚਾਹੀਦੀ ਹੈ। ਬਿਲਕੁਲ ਰੰਧਾਵਾ ਜੀ, ਤੁਸੀਂ ਓਲੰਪਿਕਸ ਦੀ ਗੱਲ ਕੀਤੀ ਆ, ਬੜੀਆ ਵਧੀਆ। ਇਹ ਕੁੜੀ ਜਿਹੜੀ ਤੁਸੀਂ ਕਮਲਪ੍ਰੀਤ ਕੌਰ ਬਲ ਦੀ ਗੱਲ ਕਰ ਰਹੇ ਹੋ, ਕਬਰਾਂ ਵਾਲਾ ਪਿੰਡ ਆ ਇੱਕ ਲੰਬੀ ਹਲਕੇ ਦੇ ਵਿੱਚ ਹੀ,
ਉੱਥੋਂ ਆਉਂਦੀ ਹੈ ਤੇ ਬੜੀ ਮਿਹਨਤ ਕਰਕੇ ਕੁੜੀ ਅੱਗੇ ਆਈ ਆ ਤੇ ਹੁਣ ਤੁਸੀਂ ਦੇਖੋ 65 ਮੀਟਰ ਇਹ ਡਿਸਕਸ ਥਰੋਅਰ ਆ ਜਾ ਕੇ ਇਹਨੇ ਡਿਸਕਸ ਜਿਹੜੀ ਥਰੋ ਕੀਤੀ ਆ ਤੇ ਫਾਈਨਲੀ ਇਹ ਜਿਹੜੇ ਕੁਆਟਰ ਫਾਈਨਲਸ ਦੇ ਵਿੱਚ ਇਹ ਪਹੁੰਚ ਗਈ ਆ ਤੇ ਹੁਣ ਲੱਗਦਾ ਕਿ ਜਿਸ ਜੋਸ਼ ਦੇ ਨਾਲ ਜਿਸ ਜਜ਼ਬੇ ਦੇ ਨਾਲ ਇਹ ਕੁੜੀ ਖੇਡ ਰਹੀ ਆ ਜ਼ਰੂਰ ਕੋਈ ਨਾ ਕੋਈ ਮੈਡਲ ਆਊਗਾ ਕਿਉਂਕਿ ਭਾਰਤ ਦਾ ਹਜੇ ਤੱਕ ਇੱਕ ਹੀ ਮੈਡਲ ਆ ਤੇ ਆਪਾਂ 61ਵੇਂ ਸਥਾਨ ਤੇ ਆ 61st ਪਲੇਸ ਤੇ ਆ ਹਜੇ ਸੋ ਮੇਰੇ ਕਹਿਣ ਦਾ ਮਤਲਬ ਹਜੇ ਔਰ ਜਿਹੜੀ ਤੁਸੀਂ ਔਰਤਾਂ ਦੀ ਜਿਹੜੀ ਹਾਕੀ ਦੀ ਟੀਮ ਗੱਲ ਕੀਤੀ ਆ ਬਿਲਕੁਲ ਜੀ ਉਹ ਵੀ ਇੱਕ ਬਹੁਤ ਹੀ ਵਧੀਆ ਬੜੀ ਦੇਰ ਬਾਅਦ ਕੋਈ ਚੰਗੀ ਖਬਰ ਆਉਂਦੀ ਹੈ 41 ਸਾਲਾਂ ਬਾਅਦ ਆਈ ਹੈ ਜੀ ਇਹ ਖਬਰ ਕਿ जी ਜਿਹੜੀ ਭਾਰਤ ਦੀ ਔਰਤਾਂ ਦੀ ਟੀਮ ਆ ਹਾਕੀ ਦੀ ਉਹ ਕੁਆਟਰ ਫਾਈਨਲ ਦੇ ਵਿੱਚ ਪਹੁੰਚੀ ਹੈ ਸਾਊਥ ਅਫਰੀਕਾ ਨੂੰ ਹਰਾਇਆ ਇਸ ਤੋਂ ਪਹਿਲਾਂ ਆਇਰਲੈਂਡ ਨੂੰ ਹਰਾਇਆ ਸੀ ਇੱਕ 0 ਦੇ ਨਾਲ ਤੇ ਹੁਣ 4-1 ਦੇ ਜਿਹੜੇ ਫਰਕ ਦੇ ਨਾਲ ਔਰਤਾਂ ਦੀ ਟੀਮ ਨੇ ਸਾਊਥ ਅਫਰੀਕਾ ਦੀ ਟੀਮ ਨੂੰ ਹਰਾਇਆ ਜਿਹੜੀ ਆਪਣੀ ਮਰਦਾਂ ਦੀ ਟੀਮ ਆ ਮੈਨਸ ਹਾਕੀ ਟੀਮ ਉਹ ਪਹਿਲਾਂ ਹੀ ਕੁਆਟਰ ਫਾਈਨਲ ਦੇ ਪੂਲ ਦੇ ਸੈਕੰਡ ਨੰਬਰ ਤੇ ਆ ਗਈ ਆਸਟ੍ਰੇਲੀਆ ਤੋਂ ਬਾਅਦ ਆ ਗਈ ਆ ਸੋ ਇਹ जी ਸਾਰੀਆਂ ਬੜੀਆਂ ਚੰਗੀਆਂ ਖਬਰਾਂ ਆਈਆਂ ਲੇਕਿਨ ਮੈਂ ਇਹਦੇ ਨਾਲ ਇੱਕ ਹੋਰ ਚੀਜ਼ ਜੋੜਦਾ ਤੁਸੀਂ ਕਮਲਪ੍ਰੀਤ ਕੌਰ ਹੁਣਾਂ ਦੀ ਗੱਲ ਕੀਤੀ ਆ ਪੀਵੀ ਸਿੰਧੂ ਜਿਹੜੇ ਆ ਉਹ ਆਲਰੇਡੀ ਸਾਡੇ ਫਾਈਨਲਸ 'ਚ ਪਹੁੰਚੇ ਹੋਏ ਆ ਉਹਨਾਂ ਤੋਂ जी ਮੈਡਲ ਦੀ ਅਸੀਂ ਆਸ ਕੀਤੀ ਆ ਮੀਰਾਬਾਈ ਚਨੂ ਉਹਨਾਂ ਨੇ ਮੈਡਲ ਲਿੱਤਾ ਪਿਛਲੀ 올림픽ਸ ਦੇ ਵਿੱਚ ਸਾਕਸ਼ੀ ਮਲਿਕ ਤੇ ਪੀਵੀ ਸਿੰਧੂ ਨੇ ਇਹ ਕੁੜੀਆਂ ਬੜਾ ਕਮਾਲ ਕਰ ਰਹੀਆਂ ਰੰਧਾਵਾ ਜੀ ਮਤਲਬ ਕਿ ਔਰਤਾਂ ਦੀ ਜਿਹੜੀ ਪ੍ਰਾਪਤੀ ਆ ਉਹ ਦੇਖ ਕੇ ਵਾਕਈ ਬੜਾ ਫਖਰ ਮਹਿਸੂਸ ਹੁੰਦਾ ਕਿ ਜਦੋਂ ਅਸੀਂ ਗੱਲਾਂ ਕਰਦੇ ਆ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਉੱਤੇ ਚੱਕੋ ਇਹਨਾਂ ਨੂੰ ਪੜਾਓ ਤੇ ਜਦੋਂ ਜੀ ਜਾ ਕੇ ਇੰਟਰਨੈਸ਼ਨਲ ਪੱਧਰ ਤੇ ਇਹ ਮੱਲਾ ਮਾਰਦੀਆਂ ਨੇ ਤੇ ਵਾਕਿਆ ਮੈਨੂੰ ਲੱਗਦਾ ਇਹਦੇ ਨਾਲ ਬਹੁਤ ਸਾਰੀਆਂ ਹੋਰ ਕੁੜੀਆਂ ਨੂੰ ਇੱਕ ਤਰ੍ਹਾਂ ਦੀ ਇਨਸਪੀਰੇਸ਼ਨ ਮਿਲਦੀ ਆ ਉਹਨਾਂ ਨੂੰ ਇਨਕਰੇਜਮੈਂਟ ਮਿਲਦੀ ਆ ਕਿ ਇਕੱਲੇ ਜਿਹੜੇ ਮਰਦੀ ਉਹ ਮੈਡਲ ਨਹੀਂ ਲੈ ਸਕਦੇ ਸੋ ਦੀ ਪਿਛਲੇ ਜਿੰਨੇ ਮੈਡਲ ਆ ਚਾਹੇ ਮੈਰੀ ਨਹੀਂ, ਕਾਮ ਤੋਂ ਲੈ ਕੇ ਉਹ ਸਾਰੇ ਮੈਡਲ ਇਹਨਾਂ ਕੁੜੀਆਂ ਨੇ ਲੈ ਕੇ ਆਂਦੇ ਆ ਜੀ ਦੇਖੋ ਦੇਖੋ ਬੰਦੇ ਸਿਆਸਤ ਵਿੱਚ ਮੱਲਾ ਮਾਰੀ ਜਾਂਦੇ, ਸਾਡੇ ਮੁੰਡੇ ਜਿਹੜੇ ਆ ਉਹ ਹੋਰ ਖੇਤਰ 'ਚ ਤੁਰੇ ਜਾਂਦੇ ਆ ਜਿੱਥੇ ਸੌਖਾ ਰਾਹ ਵਾ ਉਧਰ ਨੂੰ ਸਾਡੇ। ਚਲੋ ਖੈਰ, ਮੈਨੂੰ ਲੱਗਦਾ ਕਿ ਸਿਰਫ ਇਹੀ ਸਾਡਾ ਦੇਸ਼ ਸੀ ਜਿੱਥੇ ਮੁਸਲਿਮ ਦੇਸ਼ਾਂ ਤੋਂ ਬਾਅਦ ਸਾਡਾ ਦੇਸ਼ ਆਉਂਦਾ ਹੈ ਜਿੱਥੇ ਕਹਿੰਦੇ ਸੀ ਔਰਤ ਨੂੰ ਖਾਸ ਤੌਰ ਤੇ ਪ੍ਰਸ਼ਾਸਨਿਕ ਔਰ ਸਿਆਸਤ ਦੇ ਵਿੱਚ ਬਹੁਤਾ ਸਥਾਨ ਨਹੀਂ ਮਿਲਦਾ। ਅਜੇ ਵੀ ਇਹਦੀ ਲੜਾਈ ਕਿ ਸਿਆਸਤ ਦੇ ਵਿੱਚ, ਪੋਲਿਟਿਕਸ ਦੇ ਵਿੱਚ ਇਹਦਾ ਰਿਜ਼ਰਵੇਸ਼ਨ ਹੋਣਾ ਚਾਹੀਦਾ। 33 ਵਾਲਾ ਬਿੱਲ ਜਿਹੜਾ 33% ਰਾਖਵੇਂ ਕਰਨ ਵਾਲਾ ਫਸਿਆ ਪਿਆ ਪਾਰਲੀਮੈਂਟ 'ਚ। ਪਾਰਲੀਮੈਂਟ ਦੇ ਵਿੱਚ ਉਂਗਲਾਂ ਤੇ ਗਿਣ ਜੋਗੀਆਂ ਔਰਤਾਂ ਹੁੰਦੀਆਂ, ਤੇ ਖੈਰ ਜੇ ਉਹ ਆਪਣਾ ਲੋਹਾ ਮਨਵਾ ਰਹੀਆਂ ਤਾਂ ਇਹ ਇਸ ਸਮਾਜ ਦੇ ਵਿੱਚ ਕੋਈ ਤਬਦੀਲੀ ਵਾਪਰੇ। ਤੇ ਬੇਬੇ ਮਾਨ ਸਿੰਘ ਦੇ ਜਾਣ ਦਾ ਅਫਸੋਸ ਹੈ, ਲੇਕਿਨ ਜਿਵੇਂ ਉਹ ਗਏ ਆ ਜ਼ਿੰਦਗੀ ਜੀ ਕੇ ਉਹ ਇੱਕ ਪ੍ਰੇਰਣਾ ਵੀ ਆ। ਖੈਰ ਬਹੁਤ ਮਿਹਰਬਾਨੀ, ਕੱਲ ਫਿਰ ਮਿਲਦੇ ਆ ਮਨਪ੍ਰੀਤ ਜੀ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।